ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ, ਮੋਦੀ ਦਾ ਲਾੜਾ ਮਾੜਾ ਮੁਰਦਾਬਾਦ, ਮੋਦੀ ਦੀ ਭਾਜਪਾ ਸਰਕਾਰ ਮਰਦਾ। ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਜਲੰਧਰ ਵੱਲੋਂ ਸਾਡਾ ਅੱਜ ਧਰਨਾ ਲੱਗੇ ਨੂੰ ਅੱਜ ਪੂਰਾ 100 ਦਿਨ ਹੋ ਗਿਆ ਗੁਰੂ ਗ੍ਰੰਥ ਸਾਹਿਬ ਲੱਗੇ ਨੂੰ, ਉਹਦੀ ਵੀ ਤਿਆਰੀ ਆ ਸਾਡੀ। ਅੱਜ ਅਸੀਂ ਉਹਦੀ ਗੱਲਬਾਤ ਕੀਤੀ, 3 ਤਰੀਕ ਅਸੀਂ ਜਾਣਾ ਵਾ ਤੇ ਉਹੀ 4-5 ਦਿਨ ਉੱਥੇ ਰਹਿਣਾ ਵਾ। ਇਸੇ ਤਰ੍ਹਾਂ ਸਾਡੇ ਜਥੇਦਾਰ ਲਗਾਤਾਰ ਉੱਥੇ ਜਿਹੜਾ ਧਰਨਾ ਲਾਈ ਬੈਠੇ ਆ ਉਹ 100 ਦਿਨ ਹੋ ਗਿਆ। ਦੂਜਾ ਨੰਬਰ ਆ ਮੋਦੀ ਸਰਕਾਰ ਦੀਆਂ ਨੀਤੀਆਂ। ਅੱਜ ਨਵਾਂ ਸਾਲ ਲੋਕਾਂ ਨੇ ਨਵਾਂ ਸਾਲ ਆ ਸਾਡੇ ਭਾਰਾ ਨਵਾਂ ਸਾਲ ਨਹੀਂ, ਉਹਦਾ ਅਸੀਂ ਪਿੰਡ ਸਿਆਪਾ ਕੀਤਾ ਵਾ, ਉਹਨੂੰ ਦੱਸਿਆ ਵਾ ਜਿਹੜੇ ਲੋਕਾਂ ਨੇ ਜਿਹੜੇ ਮਾਰੂ ਆ ਕੀਤੇ ਆਰਡੀਨੈਂਸ ਜਾਰੀ, ਇਹਨੂੰ ਰੱਦ ਕਰੇ ਵਾਪਸ ਲਵੇ, ਨਹੀਂ ਤਾਂ ਉਹਨਾਂ ਚਿਰ ਵਿਰੋਧ ਚੱਲੂਗਾ। ਲਗਾਤਾਰ ਹੁਣ ਦਿੱਲੀ 'ਚ ਬੈਠੇ ਹਾਂ, ਆ ਮੈਂ 11 ਤਰੀਕ ਦਾ ਗਿਆ, ਪਰਸੋਂ ਹੀ ਆਏ ਹਾਂ, ਲਗਾਤਾਰ ਉੱਥੇ ਜਥੇਬੰਦੀਆਂ ਸਾਡੀਆਂ ਬੈਠੀਆਂ, ਲਗਾਤਾਰ ਧਰਨੇ ਚੱਲਦੇ ਆ, ਉਹਨਾਂ ਚਿਰ ਚੱਲਣਗੇ। ਸਾਡਾ ਜਿੰਨਾ ਚਿਰ ਸਾਡੇ ਜਿਹੜੇ ਕਾਲੇ ਕਾਨੂੰਨ ਸਾਡੇ ਸੂਬੇ ਆ ਵਾਪਸ ਨਹੀਂ ਹੁੰਦੇ, ਉਹਨਾਂ ਚਿਰ ਇਹ ਸੰਘਰਸ਼ ਚੱਲਦੇ ਰਹਿਣੇ ਆ। ਇਸੇ ਤਰ੍ਹਾਂ ਸਾਡੀ 5 ਫਰਵਰੀ ਨੂੰ ਤਿਆਰੀ ਆ ਵੱਡੀ, ਫਿਰ ਇੱਥੋਂ ਸਾਡਾ ਜਲੰਧਰ 'ਚੋਂ ਲੈ ਕੇ ਜਾਣਾ। ਅੱਡੋ ਅੱਡ ਅਸੀਂ ਜਿਹੜੀਆਂ ਵਾਰੀਆਂ ਵਧੀਆਂ ਵੀ 1 ਲੱਖ ਬੰਦਾ ਉੱਥੇ ਪੱਕਾ ਹੈ ਸਾਡੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੱਖਣਾ ਹੀ ਰੱਖਣਾ ਵਾ, ਚਾਹੇ ਉਹ ਅੰਮ੍ਰਿਤਸਰ ਜੇ ਚੱਲ ਜਾਏਗਾ ਦੀ ਵਾਰੀ, ਤਰਨ ਤਾਰਨ ਦੀ ਲੱਗੀ, ਕਦੀ ਜਲੰਧਰ ਦੀ, ਕਦੀ ਕਪੂਰਥਲਾ ਗੁਰਦਾਸਪੁਰ, ਵਾਰੀਆਂ ਸਾਡੀਆਂ ਵਧੀਆਂ ਵਾ। ਇਸੇ ਤਰ੍ਹਾਂ ਸਾਡਾ ਪ੍ਰੋਸੀਜਰ ਉਹ ਲਗਾਤਾਰ ਭਾਵੇਂ 2 ਸਾਲ ਲੜਨਾ ਪਵੇ ਤੇ ਭਾਵੇਂ 4 ਸਾਲ ਲੜਨਾ ਪਵੇ, ਜਿੰਨਾ ਲੜਨਾ ਪਊ ਅਸੀਂ ਲੜਨ ਨੂੰ ਤਿਆਰ ਹਾਂ। ਅਸੀਂ ਉਸ ਹਿਸਾਬ ਨਾਲ ਬੰਨੀਆਂ ਵਾਰੀਆਂ ਵੀ ਸਾਨੂੰ ਕੋਈ ਕਿਸੇ ਨੂੰ ਚਾਹੇ ਵਿਆਹ ਸ਼ਾਦੀ ਦੀ ਆ ਚਾਹੇ ਫਸਲਾਂ ਦੀ ਆ ਚਾਹੇ ਕੋਈ ਵੀ ਆ ਕਿਸੇ ਨੂੰ ਦਿੱਕਤ ਨਾ ਆਵੇ, ਇਸੇ ਤਰ੍ਹਾਂ ਤੁਰਦੇ ਰਹਿਣੇ ਆ। ਸਾਡਾ 5 ਫਰਵਰੀ ਨੂੰ ਇੱਥੋਂ ਜਲੰਧਰ ਜ਼ਿਲ੍ਹੇ ਤੋਂ ਲੋਹੀਆਂ ਸ਼ਾਹਗੜ ਨਕੋਦਰੇ ਸਾਰਿਆਂ ਥਾਵਾਂ ਤੋਂ ਅਸੀਂ ਵੱਡੀ ਤਿਆਰੀ ਕਰਕੇ ਫੇਰ ਜਾਵਾਂਗੇ, ਉੱਥੇ 20 ਦਿਨ ਫੇਰ ਲਾਵਾਂਗੇ। ਇਸ ਕਰਕੇ ਪਹਿਲਾਂ ਹੀ ਹੁਣ ਉੱਥੇ ਗੁਰੂ ਕੇ ਚੰਡਿਆਲੇ ਵੀ ਲੱਗਾ, 3 ਤਰੀਕ ਨੂੰ ਇੱਥੇ ਜਾਣਾ ਵਾ ਤੇ ਲੜਨਾ ਹੀ ਉਹਨਾਂ ਚਿਰ ਆ ਜਿੰਨਾ ਚਿਰ ਜਿਹੜੇ ਕਾਲੇ ਕਾਨੂੰਨ ਵਾਪਸ ਨਹੀਂ ਸਰਕਾਰ ਕਰਦੀ, ਉਹਨੇ ਚਿਰ ਤੱਕ ਸਰਕਾਰ ਦੇ ਪਿੰਡ ਸਿਆਪੇ ਕਰਦੇ ਰਹਾਂਗੇ ਤੇ ਆਪਦੇ ਹੱਕ ਲੈ ਕੇ ਛੱਡਾਂਗੇ। ਇਸੇ ਵਾਹਿਗੁਰੂ ਜੀ ਕਾ ਖਾਲਸਾ।